ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਹਰਿਕ੍ਰਿਸ਼ਨ ਤੇ ਆਈਏ ਜਿਸ ਡਿੱਠੇ ਸਭ ਦੁੱਖ ਜਾਏ। ਉਹ ਪੰਕਤੀਆਂ ਜੋ ਸੁਣ ਕੇ ਸਰਵਣ ਕਰਕੇ ਮਨ ਨੂੰ ਸ਼ਾਂਤੀ ਮਿਲਦੀ ਹੈ, ਪਰ ਪੰਥ ਕਿਹੜੇ ਪਾਸੇ ਜਾ ਰਿਹਾ ਹੈ? ਕਿਉਂ ਪੰਥ ਨੂੰ ਹਰ ਕੋਈ ਬੈਠਾ ਢਾਹ ਲਾ ਰਿਹਾ ਹੈ? ਦਿਲ ਤਾਂ ਨਹੀਂ ਕਰ ਰਿਹਾ ਤੁਹਾਨੂੰ ਇਹ ਵੀਡੀਓ ਦਿਖਾਈ ਜਾਵੇ, ਪਰ ਫਿਰ ਵੀ ਅਸੀਂ ਤੁਹਾਨੂੰ ਦਿਖਾਉਣੀ ਜ਼ਰੂਰ ਚਾਹਾਂਗੇ ਤਾਂ ਕਿ ਪਤਾ ਲੱਗੇ ਕਿ ਅਸੀਂ ਆਪਣਾ ਸ਼ਾਸਨ ਕਿਹਨਾਂ ਦੇ ਹੱਥਾਂ ਦੇ ਵਿੱਚ ਸੌਂਪਿਆ ਹੈ, ਅਤੇ ਧਾਰਮਿਕ ਅਦਾਰੇ ਜੋ ਚਲਾ ਰਹੇ ਨੇ, ਵਿੱਦਿਅਕ ਅਦਾਰੇ ਜੋ ਚਲਾ ਰਹੇ ਨੇ, ਉਹ ਕਿੱਦਾਂ ਦੇ ਨੇ। ਚਰਨਜੀਤ ਸਿੰਘ ਚੱਡਾ, ਪ੍ਰੈਜ਼ੀਡੈਂਟ ਚੀਫ ਖਾਲਸਾ ਦੀਵਾਨ, ਜੀ ਹਾਂ, ਇਹ ਉਹ ਇਨਸਾਨ ਹੈ ਜੋ ਵਾਈਸ ਪ੍ਰੈਜ਼ੀਡੈਂਟ ਵੀ ਨੇ ਖਾਲਸਾ ਕਾਲਜ ਅੰਮ੍ਰਿਤਸਰ ਦੇ, ਜਿਹਨਾਂ ਉੱਤੇ ਇਲਜ਼ਾਮ ਲੱਗੇ ਨੇ ਕਿ ਸਰੇਆਮ ਇਹ ਔਰਤਾਂ ਨਾਲ ਬਦਸਲੂਕੀ ਕਰਦੇ ਨੇ, ਔਰਤਾਂ ਨਾਲ ਬਦਤਮੀਜ਼ੀ ਕਰਦੇ ਨੇ। ਅਤੇ ਹਾਲ ਹੀ ਦੇ ਵਿੱਚ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜੋ ਤੁਸੀਂ ਵੇਖ ਹੀ ਰਹੇ ਹੋ। ਅਤੇ ਅਜਿਹੇ ਵੱਡੇ ਵਿੱਦਿਅਕ ਅਦਾਰਿਆਂ ਦੇ ਵਿੱਚ ਅਜਿਹੀਆਂ ਉੱਚੀਆਂ ਪਦਵੀਆਂ 'ਤੇ ਬਹਿਣ ਵਾਲੇ ਅਗਰ ਅਜਿਹੀਆਂ ਸ਼ਰਮਨਾਕ ਹਰਕਤਾਂ ਕਰਦੇ ਹੋਏ ਨਜ਼ਰ ਆਉਣ, ਉਹ ਵੀ ਆਪਣੇ ਦਫ਼ਤਰ ਦੇ ਵਿੱਚ ਸਿਰ 'ਤੇ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀ ਫੋਟੋ ਲੱਗੀ ਹੈ, ਅਤੇ ਫਿਰ ਵੀ ਇਹ ਇਨਸਾਨ ਨਹੀਂ ਰੁਕ ਰਿਹਾ, ਬੇਸ਼ਰਮੀ ਦੀ ਹਰ ਸੀਮਾ ਅਸੀਂ ਲੰਘ ਗਏ ਹਾਂ। ਆਓ ਸੁਣਦੇ ਹਾਂ ਐਕਸ ਪ੍ਰੈਜ਼ੀਡੈਂਟ ਭਗਵਾਨ ਸਿੰਘ ਆਖਿਰ ਕੀ ਕਹਿੰਦੇ ਨੇ ਚਰਨਜੀਤ ਸਿੰਘ ਚੱਡਾ ਬਾਰੇ। ਗੱਲ ਇਹ ਹੈ ਕਿ ਮੈਂ ਚੀਫ ਖਾਲਸਾ ਦੀਵਾਨ ਦਾ ਆਨਰੀ ਸੈਕਟਰੀ ਵੀ ਰਿਹਾ, 50-60 ਸਾਲ ਮੈਂ ਸੇਵਾ ਕੀਤੀ ਹੈ। ਇਹੋ ਜਿਹਾ ਕਾਰਾ ਮੈਂ ਅੱਜ ਤੱਕ ਨਾ ਕਦੇ ਜ਼ਿੰਦਗੀ ਸੁਣਿਆ, ਨਾ ਕਦੇ ਸੋਚ ਹੀ ਸਕਦਾ। ਚੀਫ ਖਾਲਸਾ ਦੀਵਾਨ ਬਹੁਤ ਪੁਰਾਣੀ ਸੰਸਥਾ ਹੈ, ਐਜੂਕੇਸ਼ਨ ਦਾ, ਇਹਦਾ ਧਰਮ ਦਾ ਖੇਤਰ ਹੈ। ਮੋਰ ਓਵਰ ਇਹ ਆਦਮੀ ਨਾਲ ਖਾਲਸਾ ਕਾਲਜ ਦਾ ਵਾਈਸ ਪ੍ਰੈਜੀਡੈਂਟ ਹੈ, ਮੈਨੂੰ ਵੀ ਵਾਇਰਲ ਹੋ ਕੇ ਆਈ ਹੈ, ਮੈਨੂੰ ਯਕੀਨ ਨਹੀਂ ਸੀ ਹੁੰਦਾ। ਫਿਰ ਮੈਂ ਜੋ ਦੇਖਿਆ ਦੀ ਔਫਿਸ ਦੀ ਆ, ਉੱਥੇ ਫਿਲਮ ਚੱਲਦੀ ਹੈ, ਟਾਈਮ ਡੇਟ ਸਭ ਕੁਝ ਪਿਆ ਹੋਇਆ, ਫਿਰ ਮੈਂ ਬਹੁਤ ਨੀਝ ਨਾਲ ਦੇਖਿਆ ਅਤੇ ਵਾਕਈ ਇਹ ਆਪ ਹੈ। ਸੋ ਇਹ ਬਹੁਤ ਸ਼ਰਮਨਾਕ ਗੱਲ ਹੈ, ਇਹੋ ਜਿਹੀਆਂ ਸੰਸਥਾਵਾਂ 'ਤੇ ਇਹੋ ਜਿਹਾ ਬੰਦਾ ਰਹਿਣਾ ਨਹੀਂ ਚਾਹੀਦਾ। ਇਹ ਬੇਸਿਕਲੀ ਨਾ ਧਾਰਮਿਕ ਸੀ, ਨਾ ਸੋਸ਼ਲ ਸੀ, ਨਾ ਐਜੂਕੇ, ਇਹ ਤਾਂ ਪੈਸੇ ਦੇ ਜ਼ੋਰ 'ਤੇ ਸ਼ਰਾਬ ਦਾ ਕੰਮ ਕਰਨ ਵਾਲੇ ਸਰਕਾਰ ਦੀ ਤਾਕਤ ਨਾਲ ਇਹਦਾ ਮੁੰਡਾ ਅਤੇ ਚੰਡੀਗੜ੍ਹ ਬੈਠੇ ਸਰਕਾਰੀ ਲੌਬੀ ਦੇ ਵਿੱਚ ਹਾਵੀ ਨੇ। ਅਤੇ ਪਹਿਲਾਂ ਇਹ ਰਘੁਨੰਦਨ ਪਾਰਟੀਆਂ ਨਾਲ ਰਹੇ, ਫਿਰ ਇਹ ਜਨਸੰਗ ਨਾਲ ਰਹੇ, ਫਿਰ ਇਹ ਬਾਦਲ ਨਾਲ ਰਹੇ, ਅੱਜ ਇਹ ਅਕਾਲੀਆਂ ਦੇ ਨਾਲ, ਜਿਹੜੇ ਲੋਕਲ MLA ਨੇ, ਕਦੇ ਕਿਸੇ ਨੂੰ ਕਦੇ ਕਿਸੇ ਨੂੰ ਕਰਦਾ। ਮੈਂ ਸਮਝਦਾ ਕਿ ਇਸ ਤੋਂ ਸ਼ਰਮਨਾਕ ਗੱਲ ਕੋਈ ਨਹੀਂ ਹੋ ਸਕਦੀ, ਸਾਰੀ ਕੌਮ ਨੂੰ ਸੋਚਣਾ ਪਏਗਾ। ਇਹਨੂੰ ਇਮਾਨਦਾਰੀ ਦੇ ਨਾਲ ਰਿਜ਼ਾਈਨ ਦੇਣਾ ਚਾਹੀਦਾ, ਜੇ ਰਿਜ਼ਾਈਨ ਨਾ ਦੇਵੇ ਤਾਂ ਮੈਂਬਰਾਂ ਨੂੰ ਗੈਰਤ ਕਰਨੀ ਚਾਹੀਦੀ ਹੈ, ਮੈਂਬਰ ਤਕੜੇ ਹੋ ਕੇ ਰਿਮੂਵ ਕਰਨ। ਜੇ ਮੈਂਬਰ ਵੀ ਇਹਦੇ ਦਾਅ ਥੱਲੇ ਨੇ, ਕਿਉਂਕਿ ਇਹਨੇ ਕਰ ਦਿੱਤੀ 40-150 ਮੈਂਬਰ ਪਾਇਆ ਹੋਇਆ, ਫਿਰ ਜਿਹੜੇ ਮਾਪੇ ਨੇ ਜਿਨ੍ਹਾਂ ਦੀਆਂ ਬੱਚੀਆਂ ਪੜ੍ਹਦੀਆਂ ਨੇ, ਜਿਹੜੇ ਟੀਚਰ ਨੇ, ਉਹਨਾਂ ਦੇ ਵਾਰਸ ਨੇ, ਕੌਮ ਨੂੰ ਸੋਚਣਾ ਪਏਗਾ। ਫਿਰ ਸਾਰੇ ਬਾਹਰ ਆਉਣਗੇ, ਸੜਕਾਂ 'ਤੇ ਆਉਣਗੇ, ਅਤੇ ਸਰਕਾਰ ਨੂੰ ਵੀ ਇਸ ਗੱਲ 'ਤੇ ਅਹਿਸਾਸ ਕਰਨਾ ਚਾਹੀਦਾ ਕਿ ਅੱਗੇ ਕਈ ਸਾਧਾਂ ਦੇ ਵਾਇਰਲ ਹੋਏ ਨੇ, ਇਹ ਵੀ ਸੌਦਾ ਸਾਧ ਵਾਲੀ ਗੱਲ ਹੀ ਹੈ, ਅਤੇ ਇਹਨੂੰ ਰਿਮੂਵ ਆਪ ਹੋਣਾ ਚਾਹੀਦਾ ਜਾਂ ਲੋਕ ਇਕੱਠੇ ਹੋ ਕੇ ਰਿਮੂਵ ਕਰ ਦੇਣਗੇ। ਨਹੀਂ ਹੋਏਗਾ, ਮੈਂ ਤਾਂ ਖੈਰ ਕੀ ਕਰਨਾ, ਜਿਨ੍ਹਾਂ ਦੇ ਬੱਚੇ ਬੱਚੀਆਂ ਪੜ੍ਹਦੇ ਨੇ, ਮੁਲਾਜ਼ਮ ਨੇ, ਉਹ ਸਰਕਲ 'ਤੇ ਆਉਣਗੇ। 40-60 ਹਜ਼ਾਰ ਬੱਚਾ ਜੀ, ਜਿਹਦੇ 99% ਟੀਚਰ ਲੇਡੀਜ਼ ਨੇ, ਉਸ ਤੋਂ ਬੱਚੀਆਂ ਜਿਹੜੀਆਂ ਨੇ 40-60 ਦੀ ਰੇਸ਼ੋ ਦੇ ਬੱਚੀਆਂ ਨੇ। ਇਹੀ ਹਾਲ ਖਾਲਸਾ ਕਾਲਜ ਦਾ,
ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਰਹੇ ਕੌਮ ਕਿੱਥੇ ਜਾਏਗੀ। ਈਵਨ ਸਾਰੇ ਸਰਦਾਰਾਂ ਨੂੰ ਇਕੱਠੇ ਹੋ ਕੇ ਸੋਚਣਾ ਪਏਗਾ ਕਿ ਇਹਨਾਂ ਜਥੇਬੰਦੀਆਂ 'ਚੋਂ ਇਹੋ ਜਿਹਾ ਐਲੀਮੈਂਟ ਕਿਵੇਂ ਕੱਢਣਾ। ਹੁਣ ਇਹ ਕਈ ਜਾਓ ਜੀ, ਇਹ ਮੈਂ ਜਦੋਂ ਤੱਕ ਆਪ ਚੰਗੀ ਤਰ੍ਹਾਂ ਨਹੀਂ ਵੇਖੀ ਉਦੋਂ ਤੱਕ ਮੈਂ ਵੀ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ। ਬੜੇ ਸਵੇਰ ਦੇ ਲੋਕ ਲੱਗੇ ਰਹੇ ਨੇ, ਮੈਂ ਨਾ ਕਰਦਾ ਰਿਹਾ। ਜਦੋਂ ਮੈਨੂੰ ਯਕੀਨ ਹੋ ਗਿਆ ਕਿ ਵਾਕਈ ਇਹ ਆਪ ਹੈ, ਸਾਰਾ ਕੁਛ ਸਹੀ ਹੈ, ਅਤੇ ਫਿਰ ਮੈਂ ਸੋਚਿਆ ਵੀ ਮੈਨੂੰ ਹੁਣ ਚੁੱਪ ਨਹੀਂ ਰਹਿਣਾ ਚਾਹੀਦਾ। ਇਸ ਤੋਂ ਪਹਿਲਾਂ ਵੀ ਮੈਂ ਇਹਦੀਆਂ ਕਈ ਗੱਲਾਂ ਵਾਇਰਲ ਕਰ ਚੁੱਕਾ। ਇਸੇ ਦੀ ਰੱਖੜੀ ਦਾ ਫੰਕਸ਼ਨ ਹੈ, ਇਸ ਰਕਸ਼ੇ ਦੇ ਫੰਕਸ਼ਨ 'ਚ ਇਹਦੇ ਕੋਲ ਰੱਖੜੀ ਵੀ ਬਣਾਈ, 250 ਵੀ ਹੋ ਦਿੱਤਾ। ਹੋਰ ਤੋਂ ਹੋਰ ਆਨਰੀ ਸੈਕਟਰੀ ਇੱਕ ਪ੍ਰਿੰਸੀਪਲ ਨੂੰ ਆਪ ਚੰਬੇ ਨਾਲ ਖਵਾਉਂਦਾ ਅਤੇ ਉਹ ਫੋਟੋ ਵੀ ਸਾਨੂੰ ਭੇਜਦੇ ਨੇ। ਇਹਦੇ ਪੋਤਰੇ ਦਾ ਸ਼ਾਦੀ ਸੀ ਦੁਬਈ, ਬਹੁਤ ਗੰਦੀਆਂ ਨੰਗੀਆਂ ਫੋਟੋਆਂ, 70-80 30-35 ਫੋਟੋਆਂ ਸਾਨੂੰ ਵਾਇਰਲ ਆਪ ਕੀਤੀਆਂ ਨੇ, ਸਾਨੂੰ ਵੀ ਨਹੀਂ ਕੀਤੀਆਂ, ਲੇਡੀ ਸਟਾਫ ਨੂੰ ਕੀਤੀਆਂ ਨੇ। ਇਹ ਤਾਂ ਬੜੀ ਨੀਵੀਂ ਜ਼ਹਿਨੀਅਤ ਦਾ ਮਾਲਕ ਹੈ, ਐਜੂਕੇਸ਼ਨ ਸਿਸਟਮ ਦੇ ਧਾਰਮਿਕ ਬਾਣੀ 'ਤੇ ਰੱਖਣ ਦੇ ਕਾਬਲ ਨਹੀਂ। ਭਗਵਾਨ ਸਿੰਘ ਨੇ ਕਈ ਇਲਜ਼ਾਮ ਲਗਾਏ ਪਰ ਚਰਨਜੀਤ ਸਿੰਘ ਚੱਡਾ ਸਾਰੇ ਇਲਜ਼ਾਮ ਬੇਬੁਨਿਆਦ ਦੱਸ ਰਹੇ ਨੇ। ਹਾਲਾਂਕਿ ਇੱਥੇ ਤੱਕ ਕਹਿੰਦੇ ਨੇ ਕਿ ਵੀਡੀਓ ਵੀ ਹੁਣ ਦਾ ਨਹੀਂ ਹੈ, ਬਹੁਤ ਪੁਰਾਣਾ ਹੈ ਅਤੇ ਐਡੀਟਡ ਹੈ। ਪਰ ਅਗਰ ਅਸੀਂ ਧਿਆਨ ਨਾਲ ਵੇਖੀਏ ਤਾਂ ਸਾਨੂੰ ਕਿਤੇ ਵੀ ਵੀਡੀਓ ਦੇ ਵਿੱਚ ਫਰਕ ਨਜ਼ਰ ਇੰਨਾ ਨਹੀਂ ਆਉਂਦਾ। ਪਰ ਮਾਮਲਾ ਵਿੱਦਿਅਕ ਅਦਾਰਿਆਂ ਦਾ ਹੈ, ਜਿੱਥੇ ਬੱਚੀਆਂ ਪੜ੍ਹਦੀਆਂ ਨੇ, ਸਾਡੇ ਘਰਾਂ ਦੀਆਂ ਧੀਆਂ ਪੜ੍ਹਦੀਆਂ ਨੇ, ਪੁੱਤ ਪੜ੍ਹਦੇ ਨੇ, ਜਿਨ੍ਹਾਂ ਨੂੰ ਅਸੀਂ ਇੱਕ ਚੰਗੀ ਸੋਚ ਵਾਸਤੇ ਉੱਥੇ ਭੇਜਦੇ ਹਾਂ। ਪਰ ਅਗਰ ਅਜਿਹੇ ਵੱਡੇ ਵਿੱਦਿਅਕ ਅਦਾਰਿਆਂ ਦੇ ਵਿੱਚ ਅਜਿਹੀ ਸੋਚ ਵਾਲੇ ਆਗੂ ਬੈਠੇ ਹੋਣਗੇ, ਪ੍ਰੈਜ਼ੀਡੈਂਟ ਬੈਠੇ ਹੋਣਗੇ, ਤਾਂ ਕਿਤੇ ਨਾ ਕਿਤੇ ਉਹਨਾਂ ਦੀ ਸੋਚ ਦੇ ਉੱਤੇ ਵੀ ਫਰਕ ਪਏਗਾ। ਆਓ ਸੁਣਾਉਂਦੇ ਹਾਂ ਤੁਹਾਨੂੰ ਕਿ ਆਖਿਰ ਚਰਨਜੀਤ ਸਿੰਘ ਚੱਡਾ ਨੇ ਕੀ ਐਕਸਕਿਊਜ਼ ਦਿੱਤੇ ਆ, ਕੀ ਕਿਹਾ ਇਸ ਵੀਡੀਓ ਬਾਰੇ ਅਤੇ ਸਾਰੇ ਘਟਨਾਕ੍ਰਮ ਬਾਰੇ। ਮੈਂ ਆਸਾ ਰੱਖੀ ਚਿੱਤ ਮੇ ਮੇਰੇ ਸਭੋ ਦੁੱਖ ਗਵਾਏ, ਦੂਰੋਂ ਚੱਲ ਕੇ ਮੈਂ ਤੱਕੀ ਤੋਂ ਸ਼ਰਨਾਈ ਜੀਓ, ਮੈਂ ਆਸਾ ਰੱਖੀ ਚਿੱਤ ਮੇ ਮੇਰਾ ਸਭੋ ਦੁੱਖ ਗਵਾਏ ਜੀਓ, ਔਖੀ ਘਾਟੀ ਬਿਖੜਤ ਪੈਂਡਾ, ਅੰਗ ਸੰਗ ਹੋਈ ਸਹਾਏ ਗੁਰੂ, ਸਭ ਸੰਗਤ ਮੇਰੀ ਅਰਦਾਸ ਕਰੋ, ਸਭ ਸੰਗਤ ਮੇਰੀ ਅਰਦਾਸ ਕਰੋ, ਮੇਰੇ ਮਨੋਂ ਨਾ ਵਿਸਰੇ ਵਾਹਿਗੁਰੂ। ਇੱਕ ਝੂਠ ਦਾ ਪਲੰਦਾ, ਚੀਫ ਖਾਲਸਾ ਦੀਵਾਨ ਦਾ ਨੁਕਸਾਨ ਕਰਨ ਵਾਲਾ, ਮੇਰਾ ਸ਼ਖਸੀਅਤ ਦਾ ਨੁਕਸਾਨ ਕਰਨ ਵਾਲਾ। 2004 ਦੇ ਵਿੱਚ ਚੀਫ ਖਾਲਸਾ ਦੀਵਾਨ ਦਾ ਪ੍ਰਧਾਨਗੀ ਦੀ ਸੇਵਾ ਦਾ ਮੌਕਾ ਮਿਲਿਆ, ਜਦੋਂ ਚੀਫ ਖਾਲਸਾ ਦੀਵਾਨ ਦਾ ਬਜਟ 12 ਕਰੋੜ ਦੇ ਕਰੀਬ ਸੀ। ਅੱਜ ਇਹ ਬਜਟ 300 ਕਰੋੜ ਦੇ ਕਰੀਬ ਹੋ ਗਿਆ, 40 ਤੋਂ 51 ਸਕੂਲ ਹੋ ਗਏ, 4 ਕਾਲਜ ਬਣ ਗਏ, 2 ਹਸਪੀਟਲ ਬਣ ਗਏ, 1 ਬਿਰਧ ਘਰ ਹੋਰ ਬਣ ਗਿਆ। ਇਸ ਤਰ੍ਹਾਂ ਹੀ ਬੰਬੇ ਅਤੇ ਕਾਨਪੁਰ ਦੇ ਵਿੱਚ ਵੀ ਸਕੂਲਾਂ ਦੇ ਬਿਲਡਿੰਗਾਂ ਬਣਾ ਦਿੱਤੀਆਂ ਗਈਆਂ। ਸਾਹਿਬ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹਰ ਸਾਲ 2005 ਤੋਂ ਇੱਕ ਨਗਰ ਕੀਰਤਨ ਸਜਾਇਆ ਜਾਂਦਾ ਹੈ ਚੀਫ ਖਾਲਸਾ ਦੀਵਾਨ ਵੱਲੋਂ, ਜਿਹੜਾ ਕਿ ਦੀਵਾਨ ਦੇ ਵਿਹੜੇ ਤੋਂ ਜਾ ਕੇ ਹਰਿਮੰਦਰ ਸਾਹਿਬ ਪਹੁੰਚਦਾ ਹੈ। ਇਹ ਪ੍ਰਥਾ ਵੀ ਦਾਸ ਨੇ ਸ਼ੁਰੂ ਕੀਤੀ ਹੈ, ਸਹਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਉਸਤੇ ਦੇ ਸੰਬੰਧ ਵਿੱਚ ਜੁਲਾਈ ਦੇ ਅਖੀਰਲੇ ਹਫ਼ਤੇ ਇੱਕ ਅਲੌਕਿਕ ਕੀਰਤਨ ਦਰਬਾਰ ਕਰਾਇਆ ਜਾਂਦਾ ਹੈ, ਜਿਹਦੇ ਵਿੱਚ 20-25-30 ਹਜ਼ਾਰ ਦੇ ਕਰੀਬ ਸੰਗਤਾਂ ਆ ਕੇ ਗੁਰਬਾਣੀ ਅੰਮ੍ਰਿਤ ਵੇਲੇ ਗੁਰਬਾਣੀ ਸਰਵਣ ਕਰਦੇ ਹਨ ਅਤੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇਹ ਪਹਿਲਾਂ ਕੋਈ ਵੀ ਸਿਸਟਮ ਨਹੀਂ ਸੀ ਗੁਰੂ ਨਾਲ ਜੋੜਨ ਵਾਲਾ। ਹੁਣ ਅੱਜ ਤੋਂ 6 ਮਹੀਨੇ ਪਹਿਲਾਂ ਇੱਕ
ਦੁਸ਼ਮਣਾਂ ਨੇ ਮੈਨੂੰ ਫੋਨ ਕੀਤਾ ਕਿ ਇੱਕ ਅਸੀਂ ਤੁਹਾਡੀ ਵੀਡੀਓ ਬਣਾਈ ਹੈ ਜਿਹਦਾ 50 ਲੱਖ ਰੁਪਈਆ ਦੇ ਦਿਓ, ਨਹੀਂ ਤਾਂ ਮੈਂ ਤੁਹਾਡੀ ਬਰਬਾਦ ਕਰ ਦਿਆਂਗਾ, ਮੈਂ ਤੁਹਾਡਾ ਦੀਵਾਨ ਦੇ ਵਿੱਚ ਤੁਹਾਡੀ ਛੜੀ ਖਰਾਬ ਹੋ ਜਾਏਗੀ। ਇਹ ਸਭ ਚੀਜ਼ਾਂ ਮੇਰੇ ਪਾਸ ਜ਼ਬਾਨੀ ਨਹੀਂ ਕਹਿ ਰਿਹਾ, ਰਿਕਾਰਡਡ ਹੈਗੀਆਂ। ਇਹਨਾਂ ਨੂੰ ਮੁੱਖ ਰੱਖਦਿਆਂ ਹੋਇਆਂ ਜਦੋਂ ਮੈਂ ਤੰਗ ਆ ਗਿਆ, ਇੱਕ ਮੋਨੂ ਫੋਟੋਗ੍ਰਾਫਰ ਹੈ, ਇੱਕ ਉਹਦਾ ਭਰਾ ਹੈ, ਇੱਕ ਇੰਦਰ ਸਿੰਘ, ਇਹਨਾਂ ਨੇ ਆ ਕੇ ਮੇਰੇ ਹੋਟਲਾਂ 'ਚ ਰੋਟੀਆਂ ਵੀ ਖਾ ਜਾਣੀਆਂ ਅਤੇ ਕੁਝ ਪੈਸੇ ਵੀ ਲੈ ਜਾਣੇ। ਲੇਕਿਨ ਜਦੋਂ ਇਹ ਦੇਖਿਆ ਵੀ ਇਹ ਬਹੁਤ ਖਰਾਬ ਕਰ ਰਹੇ ਹਨ, ਅਤੇ ਮੈਂ ਇਹਦੀ ਇੱਕ ਕੰਪਲੇਂਟ 20 ਸਤੰਬਰ ਨੂੰ ਕੰਪਲੇਂਟ FIR ਨੰਬਰ 110 ਥਾਣਾ ਜਲੰਧਰ ਦੇ ਵਿੱਚ, ਉੱਥੇ ਮੈਂ ਕੰਪਲੇਂਟ ਲਿਖਾ ਤੀ। ਕੰਪਲੇਂਟ ਕਰਕੇ ਅਤੇ ਉਹਨਾਂ ਨੇ ਉੱਥੇ ਕਾਰਵਾਈ ਸ਼ੁਰੂ ਕਰ ਦਿੱਤੀ। ਉੱਥੇ ਇੱਕ ਮੇਰਾ ਛੋਟਾ ਜਿਹਾ ਹੋਟਲ ਹੈ, ਹੋਟਲ 'ਚ ਬੈਠਿਆ ਹੀ ਮੈਨੂੰ ਟੈਲੀਫੋਨ ਆਇਆ ਸੀ ਦੁਸ਼ਮਣਾਂ ਦਾ ਕਿ ਬਈ ਇਹ ਕਾਰਵਾਈ ਅਸੀਂ ਕਰਨੀ ਹੈ, ਅਤੇ ਮੈਂ ਉੱਥੇ ਹੀ ਕੰਪਲੇਂਟ ਲਿਖਾ ਕੇ ਆਪਣੇ ਹੱਥੀਂ 20 ਸਤੰਬਰ ਨੂੰ ਦੇ ਗਿਆ, ਜਿਹਨੂੰ 6-7 ਮਹੀਨੇ ਦੇ ਕਰੀਬ ਹੋ ਗਏ। ਇਨਵੈਸਟਿਗੇਟ ਕਰਦਿਆਂ ਨੇ ਉਹਨਾਂ ਨੇ 3 ਬੰਦਿਆਂ ਨੂੰ ਅਰੈਸਟ ਕਰ ਲਿਆ। ਇੱਕ ਵੱਡਾ ਬੰਦਾ ਜਿਹੜਾ ਸੀ, ਅਮੀਰ ਆਦਮੀ ਸੀ, ਉਹਦੇ ਇਸ਼ਾਰੇ 'ਤੇ ਹੀ ਇਹ ਸਾਰੀ ਦੀਵਾਨ ਦੀ ਬਰਬਾਦੀ ਕਰਨ ਵਾਸਤੇ ਲੱਗੇ ਹੋਏ ਸਨ। ਉਹਨਾਂ ਦੇ ਵਿੱਚੋਂ ਇੱਕ ਸੀ ਗੁਰਸੇਵਕ ਸਿੰਘ, ਜਿਹੜਾ ਮੇਰਾ ਮੇਰੀ ਨੌਕਰੀ ਅੱਜ ਤੋਂ 7-8 ਮਹੀਨੇ ਪਹਿਲਾਂ ਛੱਡ ਕੇ ਇੰਦਰਪ੍ਰੀਤ ਸਿੰਘ ਆਨੰਦ ਕੌਰ ਚਲਾ ਗਿਆ 30,000 ਰੁਪਏ ਮਹੀਨੇ 'ਤੇ। ਉਹ ਜਦੋਂ ਇਸ ਵੀਡੀਓ ਤੁਸੀਂ ਆਰਾਮ ਨਾਲ ਕਿਤੇ ਸੁਣੋਗੇ, ਉਹਦੇ ਵਿੱਚ ਵੱਖਰੀਆਂ ਆਵਾਜ਼ਾਂ ਆਉਂਦੀਆਂ। ਜੇ ਕੋਈ ਕੈਮਰੇ 'ਤੇ, ਰੂਮ ਦੇ ਕੈਮਰੇ ਦੇ ਵਿੱਚ ਜਾਂ ਦਫ਼ਤਰ ਦੇ ਕੈਮਰੇ ਦੇ ਵਿੱਚ ਰਿਕਾਰਡਿੰਗ ਹੋਵੇ, ਤਾਂ ਆਵਾਜ਼ ਬਾਹਰਲੀ ਨਹੀਂ ਆਉਂਦੀ। ਉਹਦੇ ਵਿੱਚ ਤੁਸੀਂ ਦੇਖੋਗੇ ਇੱਕ ਬੰਦਾ ਵਿੱਚ ਬੋਲ ਰਿਹਾ, ਉਹ ਠੀਕ ਨਹੀਂ ਬਣੀ, ਇਹ ਦੁਬਾਰਾ ਬਣਾ, ਇਹ ਦੁਬਾਰਾ ਬਣਾ, ਠੀਕ ਨਹੀਂ ਬਣੀ, ਉਹਦੀ ਆਵਾਜ਼ਾਂ ਆ ਗਈਆਂ, ਜਿਹਦੇ ਕਰਕੇ ਉਹਨੂੰ ਸ਼ੱਕ ਪੈ ਗਿਆ ਅਤੇ ਗੁਰਸੇਵਕ ਸਿੰਘ ਨੂੰ ਗ੍ਰਿਫਤਾਰ ਕਰਕੇ ਲੈ ਗਏ। ਉਹਦੀ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹੋਰ ਦੇਖੋ ਕਿਹੜਾ ਕਿਹੜਾ ਬੰਦੇ ਦੇ ਨਾਂ ਆਉਂਦੇ ਹੈ ਜਿਹੜੇ ਕਿ ਮੇਰੀ ਪੋਜੀਸ਼ਨ ਖਰਾਬ ਕਰ ਰਹੇ ਹੈ, ਮੈਂ ਵਰਦਾਨ ਹਾਂ ਦੀਵਾਨ ਦਾ, ਅਤੇ ਦੀਵਾਨ ਦੀ ਵੀ ਨਾਲ ਖਰਾਬ ਕਰ ਰਹੇ ਹੈ, ਜਿਹੜਾ ਕਿ ਮੈਂ ਬਰਦਾਸ਼ਤ ਨਹੀਂ ਕਰ ਸਕਦਾ। ਲੈਬੋਰਟਰੀਆਂ ਦੇ ਵਿੱਚ ਭੇਜ ਦਿੱਤੀ ਗਈ ਹੈ ਵੀ ਕਿਸ ਤਰ੍ਹਾਂ ਛੇੜ ਕੀਤੀ ਗਈ ਹੈ, ਇਹਦੇ ਨਾਲ ਸਾਰੇ ਨਤੀਜੇ ਹੋਰ 15-20 ਦਿਨ ਤੱਕ ਸਾਹਮਣੇ ਆ ਜਾਣਗੇ। ਦੁੱਧ ਦਾ ਦੁੱਧ ਹੋ ਜਾਏਗਾ, ਪਾਣੀ ਦਾ ਪਾਣੀ ਹੋ ਜਾਏਗਾ, ਮੇਰੀ ਇੱਜ਼ਤ 'ਤੇ ਜਿਹੜਾ ਹਮਲਾ ਹੋਇਆ ਉਹ ਵੀ ਗਲਤ ਸਾਬਤ ਹੋ ਜਾਏਗਾ, ਅਤੇ ਦੀਵਾਨ ਪਹਿਲੀ ਦੀ ਤਰ੍ਹਾਂ ਹੀ ਕੰਮ ਕਰਦਾ ਰਹੇਗਾ। 2018 ਦੇ ਵਿੱਚ 8, 9, 10 ਨਵੰਬਰ ਨੂੰ ਇੱਕ ਵਰਲਡ ਐਜੂਕੇਸ਼ਨਲ ਕਾਨਫਰੰਸ ਦਾ ਟੀਚਾ ਬਣਿਆ ਹੋਇਆ ਹੈ। ਇਹਨਾਂ ਦੁਸ਼ਮਣਾਂ ਦਾ ਇਹ ਵੀ ਹੈ ਕਿ ਕਿਧਰੇ ਇਹਨਾਂ ਨੇ ਉੱਥੇ ਜਾ ਕੇ ਕਾਨਫਰੰਸ ਕਰ ਲਈ ਅਤੇ ਸਾਰੀ ਦੁਨੀਆ ਦੇ ਵਿੱਚ ਚੀਫ ਖਾਲਸਾ ਦੀਵਾਨ ਦਾ ਨਾਂ ਰੋਸ਼ਨ ਹੋ ਜਾਏਗਾ। ਐਸੀਆਂ ਗੱਲਾਂ ਅਸੀਂ ਹੋਣ ਨਹੀਂ ਦੇਣੀਆਂ। ਗੁਰੂ ਸਾਡੇ ਨਾਲ ਹੈ, ਗੁਰੂ ਵੱਲ ਤੇ ਲੱਖ ਬਾਹੇ ਕਿਆ ਕੀ ਸਰ, ਕੁਝ ਫੋਟੋਆਂ ਵੀ ਸਾਹਮਣੇ ਆਈਆਂ ਵਾ ਤੁਹਾਡੀਆਂ। ਫੋਟੋਆਂ ਕੀ? ਫੋਟੋਆਂ ਵੀ ਕੁਝ ਨਾਲ ਲਗਾਈਆਂ ਗਈਆਂ ਬਾਹਰ ਦੀਆਂ, ਉਹਦੇ ਵਿੱਚ ਤੁਹਾਡੀਆਂ ਫੋਟੋਆਂ ਵੀ ਆਈਆਂ ਨੇ ਸਾਹਮਣੇ। ਫੋਟੋਆਂ ਤੇ ਮੇਰੇ ਨੋਟਿਸ ਤੇ ਮੈਂ ਤੇ ਕੋਈ ਨੋਟਿਸ ਆ ਨਹੀਂ। ਫੋਟੋਆਂ ਤੇ ਕਈ ਆਉਂਦੇ ਆ ਮੇਰੇ ਕੋਲ, ਕਈ ਪ੍ਰਿੰਸੀਪਲ ਆਉਂਦੇ ਆ, ਟੀਚਰ ਆਉਂਦੀਆਂ, ਕਈ ਵਾਰ ਆ ਕੇ
ਕੋਈ ਸਲਾਹ ਕਰਨੀ ਹੁੰਦੀ ਹੈ ਕਿ ਮੀਟਿੰਗਾਂ 'ਤੇ ਜਾਂਦੇ ਹਾਂ ਅਸੀਂ, ਉਹ ਆਪਣਾ ਦੀਵਾਨ ਦੇ ਵਿੱਚ ਆਉਂਦੀਆਂ, ਸਕੂਲਾਂ ਦੇ ਵਿੱਚ ਆਉਂਦੀਆਂ, ਉੱਥੇ ਕੋਟੀ ਸਿੱਧੀ ਫੋਟੋ ਖਿੱਚ ਲਏ ਅਤੇ ਮੈਂ ਕੀ ਕਰ ਸਕਦਾ। ਇਹਦਾ ਮਤਲਬ ਇਹ ਹੈ ਕਿ ਇਹ ਦੁਸ਼ਮਣ ਜਿਹੜਾ ਕਾਫੀ ਦੇਰ ਤੋਂ ਇੱਕ ਤਾਂ ਵੀਡੀਓ ਜਿਹੜੀ ਫੋਰਜਡ ਹੈ, ਗਲਤ ਹੈ, ਬਿਲਕੁਲ ਨਹੀਂ। ਅਤੇ ਦੂਜੀ ਗੱਲ ਹੈ ਕਿ ਉਹ ਇਹ ਇੱਕ ਜੱਥਾ ਹੈਗਾ ਜੀ, ਜਿਹੜੇ ਕਿ ਮੇਰੇ 2011 ਦੇ ਵਿੱਚ ਇਹਨਾਂ ਨੇ ਮੇਰੇ 'ਤੇ ਮੁਕੱਦਮੇ ਕੀਤੇ, ਮੁਕੱਦਮੇ ਫੇਲ ਹੋ ਗਏ। 2013 'ਚ ਮੁਕੱਦਮੇ ਕੀਤੇ, ਉਹ ਫੇਲ ਹੋ ਗਏ। ਫਿਰ 2016 'ਚ ਮੁਕੱਦਮੇ ਕੀਤੇ, ਇੱਕ ਵੱਡੇ ਮੁਕੱਦਮੇ ਦਾ ਜਿਹੜਾ 7 ਸਾਲ ਤੋਂ ਚੱਲ ਰਿਹਾ ਸੀ, ਉਹਦਾ ਹੀ ਜੁਲਾਈ ਦੇ ਵਿੱਚ ਫੈਸਲਾ ਮੇਰੇ ਹੱਕ 'ਚ ਆਇਆ। ਅਤੇ ਉਹਨਾਂ ਦੇ ਦਿਮਾਗ ਖਰਾਬ ਹੋ ਗਏ ਕਿ ਅਸੀਂ ਤਾਂ ਬੜੀ ਕੋਸ਼ਿਸ਼ ਕਰਨੀ ਇਹਨੂੰ ਟਾਣ ਦੀ, ਲੇਕਿਨ ਟਾਂਦਾ ਨਹੀਂ ਪਿਆ। ਤੋ ਇੱਕ ਤੁਸੀਂ ਅਗਰ ਇਹ ਦੇਖੋ ਵੀਡੀਓ ਜੀ ਕਦੋਂ ਬਣੀ ਹੈ, ਇਹਨੂੰ 6-8 ਮਹੀਨੇ ਹੋ ਗਏ, ਪਹਿਲਾਂ ਕਿਉਂ ਚੁੱਪ ਸਨ? ਇਸੇ ਕਰਕੇ ਹੀ ਕਿ ਵੀ ਅਸੀਂ ਕੋਲੋਂ ਅਸੀਂ ਹੋਰ ਚੰਗੀ ਤਰ੍ਹਾਂ ਨੁਕਸਾਨ ਪਹੁੰਚਾਈਏ। ਹਰ ਵੱਡੀ ਸੰਸਥਾ ਦੇ ਵਿੱਚ ਆਪੋਜੀਸ਼ਨ ਵੀ ਹੁੰਦੀ ਹੈ, ਚੰਗੇ ਬੰਦੇ ਵੀ ਹੁੰਦੇ ਆ ਅਤੇ ਮਾੜੇ ਬੰਦੇ ਵੀ ਹੁੰਦੇ ਆ, ਮੌਕੇ ਦੀ ਤਲਾਸ਼ 'ਚ ਹੁੰਦੇ ਆ ਵੀ ਕਿਸ ਤਰ੍ਹਾਂ ਇਹਨੂੰ ਡੈਮੇਜ ਕੀਤਾ ਜਾਏ। ਆਈ ਕੈਨ ਅਸ਼ੋਰ ਯੂ ਦੇਰ ਇਜ਼ ਨਥਿੰਗ ਰੋਂਗ ਵਿਦ ਇਟ, ਸਭ ਕੁਛ ਮੈਨੀਪੁਲੇਟਡ ਹੈ। ਅੱਜ ਕੱਲ੍ਹ ਜਿਹੜੀ ਡਿਜੀਟਲ ਕੈਮਰੇ ਦੀ ਹਨ, ਜਿਸ ਤਰ੍ਹਾਂ ਮਰਜ਼ੀ ਬਣਾ ਲਓ, ਆਦਮੀ ਨੂੰ ਜਨਾਨੀ ਬਣਾ ਦਿਓ, ਜਨਾਨੀ ਨੂੰ ਆਦਮੀ ਬਣਾ ਦਿਓ, ਕਿਸ ਤਰ੍ਹਾਂ ਪੋਜ਼ ਚੇਂਜ ਕਰਨੇ ਆ, ਕਿਉਂਕਿ ਜਿਹੜਾ ਬੰਦਾ ਕਰ ਰਿਹਾ ਸੀ ਉਹ ਖੁਦ ਹੀ ਫੋਟੋਗ੍ਰਾਫਰ ਸੀ ਔਰ ਉਹ ਖੁਦ ਹੀ ਮੰਨ ਗਿਆ ਕਿ ਇਹਦੇ ਵਿੱਚ ਮੈਂ ਗੜਬੜਾਂ ਕੀਤੀਆਂ। ਇਹ ਸਾਰਾ ਰਿਕਾਰਡ ਜਲੰਧਰ ਮਾਡਲ ਟਾਊਨ ਥਾਣੇ ਦੇ ਵਿੱਚ ਮੌਜੂਦ ਹੈ, ਆਪ ਜਾ ਕੇ ਦੇਖ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਤਾਂ ਸੂਬੇ ਦੀਆਂ ਸਰਕਾਰਾਂ ਤੋਂ ਅਤੇ ਦੇਸ਼ ਵਿਦੇਸ਼ ਦੇ ਵਿੱਚ ਵਸਦੀਆਂ ਸੰਗਤਾਂ ਤੋਂ ਸਾਰਿਆਂ ਨੂੰ ਇਹੀ ਕਹਾਂਗੇ ਕਿ ਜਿਹੜੀ ਚੀਜ਼ ਗਲਤ ਹੈ ਉਸਨੂੰ ਗਲਤ ਕਹਿਣਾ ਸਿੱਖੋ। ਚਾਹੇ ਤੁਸੀਂ ਦੇਸ਼ ਦੇ ਵਿੱਚੋਂ, ਵਿਦੇਸ਼ ਦੇ ਵਿੱਚੋਂ, ਚਾਹੇ ਕਿਸੇ ਵਿੱਦਿਅਕ ਅਦਾਰੇ ਦੇ ਵਿੱਚੋਂ ਸਟੂਡੈਂਟ ਹੋ, ਟੀਚਰ ਹੋ, ਪ੍ਰਿੰਸੀਪਲ ਹੋ, ਚਾਹੇ ਗੌਰਮੈਂਟ ਇੰਪਲਾਈ ਹੋ, ਪ੍ਰਾਈਵੇਟ ਇੰਪਲਾਈ ਹੋ, ਪਰ ਆਪਣੇ ਹੱਕ ਸੱਚ ਦੀ ਗੱਲ ਕਰਨਾ ਕਦੀ ਨਾ ਛੱਡੋ, ਕਿਉਂਕਿ ਸਾਡਾ ਇੱਕ ਚੁੱਪ ਕਈਆਂ ਨੂੰ ਕਈ ਦੁੱਖ ਦੇ ਸਕਦਾ ਹੈ। ਉਸ ਤੋਂ ਬੈਟਰ ਇਹ ਹੈ ਕਿ ਅਸੀਂ ਆਪਣੀ ਚੁੱਪੀ ਤੋੜ ਕੇ ਜੋ ਇਨਸਾਨ ਗਲਤ ਹੈ ਉਸਦੀ ਗਲਤੀ ਦਾ ਉਸਨੂੰ ਅਹਿਸਾਸ ਕਰਵਾਈਏ, ਤਾਂ ਜੋ ਉਸਦੀ ਅੱਗੇ ਤੋਂ ਗਲਤੀਆਂ ਕਰਨ ਦੀ ਹਿੰਮਤ ਨਾ ਪੈ ਸਕੇ। ਅਤੇ ਇਸ ਕੇਸ ਦੇ ਵਿੱਚ ਵੀ ਅਗਰ ਚਰਨਜੀਤ ਸਿੰਘ ਚੱਡਾ ਗਿਲਟੀ ਨੇ, ਅਗਰ ਉਹਨਾਂ ਨੇ ਅਜਿਹੀ ਘਟੀਆ ਹਰਕਤ ਕੀਤੀ ਹੈ ਤਾਂ ਇਸਦੀ CBI ਇਨਕੁਆਇਰੀ ਹੋਣੀ ਚਾਹੀਦੀ ਹੈ ਅਤੇ ਜਲਦ ਤੋਂ ਜਲਦ ਇਸ ਕੇਸ ਦਾ ਨਿਪਟਾਰਾ ਕਰ ਦੇਣਾ ਚਾਹੀਦਾ ਹੈ ਅਤੇ ਵਿੱਦਿਅਕ ਅਦਾਰਿਆਂ ਨੂੰ ਅਜਿਹੀ ਘਟੀਆ ਸੋਚ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ, ਤਾਂ ਕਿ ਹਰ ਕੋਈ ਆਪਣੇ ਘਰ ਦਾ ਪੁੱਤ ਧੀ ਨਿਸ਼ਚਿੰਤ ਹੋ ਕੇ ਵਿੱਦਿਅਕ ਅਦਾਰਿਆਂ 'ਚ ਪੜ੍ਹਨ ਵਾਸਤੇ ਭੇਜ ਸਕੇ। ਇਫ ਯੂ ਲਾਈਕ ਦ ਨਿਊਜ਼, ਪਲੀਜ਼ ਲਾਈਕ ਐਂਡ ਸ਼ੇਅਰ ਦ ਨਿਊਜ਼, ਸਬਸਕ੍ਰਾਈਬ ਦ ਚੈਨਲ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।